ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਦੀਪ ਕੌਰ। ਮੇਰੇ ਚੈਨਲ ਗੁਰਮਤਾਜ ਸੂਟ ਕਲੈਕਸ਼ਨ 'ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਜਿਵੇਂ ਥੋੜ੍ਹੇ ਜਿਹੇ ਬੁਟੀਕ ਸਟਾਈਲ ਦੇ ਤਿਆਰ ਕੀਤੇ ਸੂਟ ਲੈ ਕੇ ਆਈ ਹਾਂ। ਕੋਟਨ ਦੇ ਵਿੱਚ ਹੈ, ਜਿਵੇਂ ਜੋਰਜੇਟ ਦੇ ਵਿੱਚ ਮਸ਼ੀਨ ਵਰਕ ਦੇ ਨਾਲ ਰੈਡੀ ਕੀਤੇ ਹੋਏ ਸੂਟ ਲੈ ਕੇ ਆਈ ਹਾਂ। ਅਤੇ ਮੈਂ ਆਪਣਾ ਪਹਿਲਾ ਸੂਟ ਹੈ ਜੋਰਜੇਟ ਦੇ ਉੱਪਰ, ਦੁਪੱਟਾ ਵੀ ਇਹਦਾ ਰੈਡੀ ਹੈ। ਮਸ਼ੀਨ ਵਰਕ ਦੇ ਨਾਲ ਸੂਟ ਇਹ ਰੈਡੀ ਕੀਤਾ ਗਿਆ ਹੈਗਾ। ਫਰੰਟ ਦੇ ਉੱਪਰ ਵਰਕ ਹੈਗਾ, ਬਿਲਕੁਲ ਸੌਫਟ ਜੋਰਜੇਟ ਹੈ। ਇਹ ਦੇਖੋ ਜੀ, ਫਰੰਟ ਦੇ ਸਾਰੇ 'ਤੇ ਵਰਕ ਹੈਗਾ। ਵਰਕ ਦੀ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਹੈ। ਸਲੀਵਸ 'ਤੇ ਵਰਕ ਹੈਗਾ, ਇਹ ਦੇਖੋ ਜੀ, ਸਲੀਵਸ ਦੇ ਉੱਪਰ ਵਰਕ ਹੈਗਾ। ਇਹਦੇ ਨਾਲ ਮਸਲੀਨ ਕੋਟਨ ਦੇ ਵਿੱਚ ਮਸਲੀਨ ਦਾ ਦੁਪੱਟਾ ਹੈਗਾ, ਇਹ ਵਾਲਾ ਇਹਦੇ ਨਾਲ ਦੁਪੱਟਾ ਹੈਗਾ ਮੈਚਿੰਗ। ਇਹ ਦੁਪੱਟਾ ਇਹਦੇ ਨਾਲ ਹੀ ਬਹੁਤ ਅੱਛਾ ਕੋਂਬੀਨੇਸ਼ਨ ਬਣਿਆ ਹੋਇਆ ਹੈਗਾ। ਇਹਦਾ ਪ੍ਰਾਈਜ਼ ਹੈਗਾ 2300, ਇਹਦਾ ਪ੍ਰਾਈਜ਼ ਹੈ 2300 ਜੀ। ਇੱਕ ਇਹ ਹੈਗਾ ਕੋਟਨ ਦੇ ਵਿੱਚ, ਬਹੁਤ ਹੀ ਸੌਫਟ ਸਟਾਫ ਹੈ, ਫਾਈਨ ਕੁਆਲਿਟੀ ਦਾ ਕੋਟਨ ਸਟਾਫ ਹੈਗਾ। ਇਹਦੇ ਉੱਪਰ ਵੀ ਮਸ਼ੀਨ ਵਰਕ ਕੀਤਾ ਗਿਆ ਹੈਗਾ। ਇਹ ਦੇਖੋ ਜੀ, ਫਰੰਟ ਦੇ ਉੱਪਰ ਮਸ਼ੀਨ ਵਰਕ ਹੈ। ਇੱਦਾਂ ਇਹਦਾ ਫਰੰਟ ਬਣਿਆ ਹੋਇਆ, ਸਲੀਵਸ ਦੇ ਉੱਪਰ ਵਰਕ ਹੈਗਾ। ਇਹਦੇ ਸਲੀਵਸ ਦੇ ਉੱਪਰ ਵਰਕ ਹੈਗਾ, ਇਹ ਜਿਵੇਂ ਤੁਸੀਂ ਬੋਟਮ 'ਤੇ ਲਿਆ ਸਕਦੇ ਹੋ, ਇਹ ਵਰਕ ਬੋਟਮ 'ਤੇ ਵੀ ਆ ਜਾਏਗਾ। ਇਹ ਵਾਲਾ ਸਲੀਵਸ 'ਤੇ ਆ ਜਾਏਗਾ। ਇਹ ਵਾਲਾ ਬੋਟਮ 'ਤੇ ਆ ਜਾਏਗਾ। ਇਹਦੇ ਨਾਲ ਟੈਬੀ ਸਿਲਕ ਦਾ ਟਾਈ ਐਂਡ ਡਾਈ ਦੁਪੱਟਾ ਹੈਗਾ। ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਹੈਗਾ। ਇਹਦਾ ਪ੍ਰਾਈਜ਼ ਹੈ 2500, ਇਹਦਾ ਪ੍ਰਾਈਜ਼ ਹੈ 2500। ਦੁਪੱਟਾ ਵੀ ਇਹਦਾ ਰੈਡੀ ਹੈ ਬਿਲਕੁਲ। ਇੱਕ ਇਹ ਆ ਗਿਆ ਜੀ, ਸਿਲਕ ਸਟੱਫ ਦੇ ਉੱਪਰ ਮਸ਼ੀਨ ਵਰਕ ਹੈ। ਇਹਦੇ ਘੇਰ 'ਤੇ ਹੈ ਵਰਕ, ਸਲੀਵਸ ਦੇ ਉੱਪਰ ਵਰਕ ਹੈ। ਇਹਦਾ ਦੁਪੱਟਾ ਹਜੇ ਰੈਡੀ ਕਰਵਾਉਣਾ ਹੈ, ਉਹ ਕਸਟਮਰ ਦੀ ਡਿਮਾਂਡ ਉੱਪਰ ਹੀ ਰੈਡੀ ਹੋਏਗਾ। ਸਿੰਗਲ ਡਾਈ, ਕਈ ਵਾਰੀ ਟਾਈ ਐਂਡ ਡਾਈ, ਜਿੱਦਾਂ ਦਾ ਵੀ ਕਰਵਾਉਣਾ ਹੋਇਆ। ਇਹਦਾ ਜਿਵੇਂ ਸੂਟ ਦਾ ਹੀ ਜਿਵੇਂ ਮੈਂ ਪ੍ਰਾਈਜ਼ ਦੱਸਦੀ ਹਾਂ, ਦੁਪੱਟੇ ਦਾ ਐਕਸਟਰਾ ਹੋਏਗਾ, ਇਕੱਲਾ ਸੂਟ ਵੀ ਤੁਸੀਂ ਪਰਚੇਜ਼ ਕਰ ਸਕਦੇ ਹੋਗੇ। ਇਹਦਾ ਸੂਟ ਦਾ ਪ੍ਰਾਈਜ਼ ਹੈਗਾ 1600 ਜੀ। ਇੱਕ ਕੋਟਨ ਸਟੱਫ ਦੇ ਵਿੱਚ ਇਹ ਆ ਗਈ, ਕੋ
कॉटन स्टफ ते आ गया फ्रंट ते वर्क हैगा फ्रंट उपर वर्क है दे स्लीव्स उपर वर्क है स्लीव सुपर वर्क हैगा यदा दुपट्टा सी रेडी करवाना हैगा वो कस्टमर की डिमांड उपर रेडी होएगा जिदा का कहेगा कस्टमर उदा का असं दुपट्टा रेडी करवा देंगे टाई एंड डाई सिंगल डाई या डबल डाई दो कलर करवाने जहाँ जिमें प्राइस हैगा जी कल सूट का दसती हैं दुपट्टा एक्सट्रा तो होएगा यदा प्राइज़ हैगा गा 1600 एक ये आ गया मसलीन स्टफ ते ऑल ओवर मसलीन स्टफ ते सूट हैगा सारे ते हैंड वर्क हैगा थ्रेड वर्क दा ये सारा फ्रंट हैंड वर्क नाल कीता गया हैगा माउस शेड दे विच सूट हैगा पिंक और ऑफ वाइट शेड दे विच इहदे उपर वर्क कीता गया हैगा यह दुपट्टा भी बिल्कुल रेडी है मसलीन के उपर ही मसलीन का दुपट्टा बिल्कुल रेडी है बहुत ही प्यारा शेड है माउस शेड दुपट्टा भी पूरा हैवी रेडी है यदा प्राइस 2100 हैगा जी यदा प्राइस 2100 हैगा एक जिमें मेरे को एक सूट आ गया अपना चिकन की शर्ट है घेर ते कट वर्क किया गया घेर ते कट वर्क किया गया ये नाल बॉटम है ये अपने को पहला भी आया सी सूट ये बॉटम के उपर वर्क है जी स्लीव बॉटम के नीचे मूढ़िया से वर्क हैगा ये ना कॉटन का दुपट्टा हैगा ये कॉटन का दुपट्टा ये ना जी ब्लॉक पेंटिंग है दुपट्टे उपर इहदा प्राइस हैगा जी 1800 एक ये आ गया अपने करेव सिल्क दे विच शर्ट्स आईयां हैगियां इन्हां नाल बॉटम वगैरह तुसीं डाई करवा सकदे हो मेरे तो ये शर्ट्स ते दुपट्टे ते बॉटम इहदे नाल तैयार करवाउणी है कल्ली शर्ट्स है ये शर्ट दी जिहड़ी कट होएगी ये 3.5 मीटर की कट होएगी बिल्कुल करेव सिल्क दे विच हैगियां ये फ्रंट आ गया शर्ट दा ही चैक दे विच है फ्रंट आ गया नैक उपर आ जाएगा इदा ही यदा बैक बनया होगा यदा बैक आ गया यदा बैक बनया होया रसिया दी है गया ये इहदियां स्लीव्स आ गई इधरों स्लीव्स बन गई जी इहदे विच तीन कलर ने एक ब्लैक दे विच जैड ब्लैक
ਇਹਨਾਂ ਦਾ ਜਿਹੜਾ ਪ੍ਰਾਈਜ਼ ਹੈ 975 ਹੈ ਜੀ। ਇਹ ਫਰੰਟ ਆ ਗਿਆ, ਇਹ ਵਾਲਾ ਫਰੰਟ ਹੈ, ਫਰੰਟ ਆ ਗਿਆ, ਇਹ ਬੈਕ ਆ ਗਈ। ਇਹ ਬੈਕ ਆ ਗਈ ਇਹਦੀ, ਸਿਲਕੀ ਸਟਫ ਹੈਗਾ। ਇਹਦੀਆਂ ਸਲੀਵਸ ਆ ਗਈਆਂ। ਇਹਨਾਂ ਦਾ ਜਿਹੜਾ ਹੈਗੀ ਹੈ ਸ਼ਰਟ ਦੀ ਕੱਟ ਹੋਏਗੀ 3.5 ਸਾਢੇ 3 ਮੀਟਰ ਦੀ ਕੱਟ ਹੋਏਗੀ। 975 ਰੁਪਏ ਦੀ ਸ਼ਰਟ ਹੈ, ਇਕੱਲੀ ਸਿੰਗਲ ਸ਼ਰਟ 975 ਦੀ ਹੈ। ਇਹਦੇ ਨਾਲ ਕਈ ਵਾਰੀ ਤੁਹਾਡੇ ਕੋਲ ਬੋਟਮ ਹੁੰਦੀ ਹੈਗੀ, ਦੁਪੱਟਾ ਵੀ ਹੁੰਦਾ ਹੈਗਾ, ਇਕੱਲੀ ਸ਼ਰਟ ਲੈ ਸਕਦੇ ਹੋ, ਨਹੀਂ ਅਸੀਂ ਦੁਪੱਟਾ ਬੋਟਮ ਰੈਡੀ ਕਰਵਾ ਕੇ ਦੇ ਸਕਦੇ ਹਾਂ ਜੀ। ਇੱਕ ਇਹ ਵਾਲਾ ਸ਼ੇਡ ਆ ਗਿਆ ਜੀ, ਇਹ ਪਾਰਟੀ ਵੇਅਰ ਸੂਟ ਰੈਡੀ ਹੁੰਦਾ ਹੈਗਾ ਸੋਬਰ ਲੁੱਕ ਦੇ ਵਿੱਚ। ਇਹ ਫਰੰਟ ਆ ਗਿਆ, ਇੱਦਾਂ ਹੀ ਇਹਦੀ ਬੈਕ ਬਣੀ ਹੋਈ ਹੈ, ਬੈਕ ਬਣੀ ਹੋਈ ਹੈ ਇੱਦਾਂ ਹੀ। ਇਹਦੀਆਂ ਸਲੀਵਸ ਆ ਗਈਆਂ ਜੀ, ਜਿਵੇਂ ਇੱਥੋਂ ਤੁਸੀਂ ਕੱਟ ਸਕਦੇ ਹੋ ਸਲੀਵਸ ਨੂੰ, ਇੱਥੋਂ ਕਟਿੰਗ ਕਰਕੇ ਸਲੀਵਸ ਬਣ ਜਾਣਗੀਆਂ, ਸਲੀਵਸ 'ਤੇ ਬਾਰਡਰ ਆ ਜਾਏਗਾ। ਇਹ 975 ਦੀ ਰੇਂਜ ਦੇ ਵਿੱਚ ਕੱਲੀਆਂ ਸ਼ਰਟ ਹੈਗੀਆਂ। ਇਹ ਦੇਖੋ ਰਸੀਆ ਦੀ ਹੈਗੀ ਹੈ, ਇਹ ਰਸੀਆ ਬ੍ਰਾਂਡ ਦੇ ਵਿੱਚ ਕਰੀਬ ਸਿਲਕ ਦੇ ਵਿੱਚ ਹੈਗੀਆਂ ਸ਼ਰਟਸ। ਹਾਂਜੀ ਇਹ ਅੱਜ ਆਪਣੇ ਜਿਵੇਂ ਸੂਟ ਸੀਗੇ ਕੁਛ ਬੁਟੀਕ ਸਟਾਈਲ ਦੇ ਸੀਗੇ, ਕੁਛ ਮੈਂ ਤੁਹਾਨੂੰ ਕਰੇਬ ਸਿਲਕ ਦੇ ਵਿੱਚ ਦਿਖਾਈਆਂ ਨੇ ਸ਼ਰਟਸ ਨੇ। ਸ਼ਰਟਸ ਦੇ ਨਾਲ ਜੇ ਤੁਸੀਂ ਬੋਟਮ ਜਾਂ ਦੁਪੱਟਾ ਰੈਡੀ ਕਰਵਾਉਣਾ ਉਹ ਵੀ ਅਸੀਂ ਰੈਡੀ ਕਰਵਾ ਕੇ ਦੇ ਦਾਂਗੇ ਜਿੱਦਾਂ ਦਾ ਤੁਸੀਂ ਕਹੋਗੇ। ਅਤੇ ਜੇ ਤੁਸੀਂ ਇਕੱਲੀ ਸ਼ਰਟ ਪਰਚੇਜ਼ ਕਰਨੀ, ਇਕੱਲੀ ਸ਼ਰਟ ਵੀ ਸਾਡੇ ਤੋਂ ਲੈ ਸਕਦੇ ਹੋਗੇ। ਤੁਹਾਨੂੰ ਇਹ ਜਿਵੇਂ ਬੁਟੀਕ ਸਟਾਈਲ ਦੇ ਜਿਹੜੇ ਸੂਟ ਹੈਗੇ ਤੁਸੀਂ ਉਹ ਸਾਡੇ ਤੋਂ ਇੱਦਾਂ ਰੈਡੀ ਪਰਚੇਜ਼ ਕਰ ਸਕਦੇ ਹੋਗੇ। ਤੁਹਾਨੂੰ ਇਹ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ। ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਮੇਰਾ ਚੈਨਲ ਸਬਸਕ੍ਰਾਈਬ ਔਰ ਸ਼ੇਅਰ ਕਰਨਾ। ਸਤਿ ਸ਼੍ਰੀ ਅਕਾਲ ਜੀ।